ਤੁਸੀਂ ਮੈਨੂੰ ਅੱਜ ਤੱਕ ਡਾਰਲਿੰਗ ਕਿਹਾ ਨਹੀਂ, ਰਾਣੇ ਨੂੰ ਡਾਰਲਿੰਗ ਡਾਰਲਿੰਗ ਕਰੀ ਜਾਂਦੇ ਹੋ ਵੀ ਇੱਥੇ ਫੜ ਦੋ ਗਰਦਨ ਤੇ ਕਰਕੇ ਝਟਕਾ ਦੋ ਨਾਲ ਦੀ ਨਾਲ, ਅਗਲੀ ਵਾਰੀ ਨਵਾਂ ਬੱਕਰਾ ਫੜ ਲਓ, ਇਹ ਨਹੀਂ ਹੋ ਸਕਦਾ। ਮਾਂ ਦੇ ਮੱਖਣੀ ਖਾਣਿਓ ਏ ਸੂਰਮਿਓ ਪੁੱਤਰੋ ਚਵਾਰਿਓ ਉਤਰੋ ਪਾਇ ਪਾਇ ਕਰਕੇ ਨਾ ਡਿੱਗ ਗਈ ਤੇ ਮੈਂ ਕਿਹਾ ਇਹ ਤੂੰ ਕਿਵੇਂ ਕਰ ਲੈਣਾ ਦੁਬਾਰੇ ਕਰਕੇ, ਤੇ ਨਾਲੇ ਨਾਲੇ ਇਕੱਲੀ ਗੱਲ ਬੋਲਣ ਦੀ ਨਹੀਂ। ਬਾਈ ਹੋਰਾਂ ਦੀ ਹਰ ਇੱਕ ਗੱਲ ਬਹੁਤ ਸਿਆਣੀ ਤੇ ਸਿੱਖਣ ਨੂੰ ਕੁਝ ਮਿਲਦਾ, ਕੋਈ ਤੁਹਾਡੀ ਜ਼ਿੰਦਗੀ ਚ ਕੋਈ ਇੱਕ ਚੇਂਜ ਬਾਈ ਹੋਰਾਂ ਨੂੰ ਮਿਲ, ਕੋਸ਼ਿਸ਼ ਕਰਦਾ ਵੀ ਇਹੋ ਜੀ ਗੱਲ ਲੱਗ ਰਹੀ ਪਈ ਜ਼ਰੂਰੀ ਹੈ ਬਾਈ ਜੀ, ਕੋਈ ਜ਼ਿੰਦਗੀ ਤੁਹਾਡਾ ਇੱਕ ਚੇਂਜ ਜਿਹੜਾ ਤੁਹਾਨੂੰ ਬਾਈ ਹੋਰਾਂ ਤੋਂ ਮਿਲਣ ਤੋਂ ਬਾਅਦ ਤੁਹਾਨੂੰ ਲੱਗਿਆ ਹੋਇਆ ਯਾਰ ਮੈਂ ਇਹ ਚੇਂਜ ਆਇਆ ਜਾਂ ਇਸ ਫਿਲਮ ਤੋਂ ਬਾਅਦ? ਬਤਾਈਏ ਬਤਾਈਏ ਆਪ ਬਤਾਈਏ। ਮੈਂ ਤਾਂ ਇਹ ਗੱਲ ਦਾ ਗਵਾਹ, ਜਿਹੜੀ ਗੱਲ ਬਾਈ ਕਹਿ ਰਹੇ ਨੇ ਵੀ ਤੁਸੀਂ ਮੇਰੀ ਸਿਆਣੀ ਵਾਲੀ ਇਮੇਜ ਪੋਰਟਰੇ ਕੀਤੀ ਆ, ਠੀਕ ਆ ਉਹ ਹੈਗਾ, ਬਟ ਮੇਰਾ ਵੀ ਸੇਮ ਤੁਹਾਡੇ ਵਾਲੀ ਟੇਕ ਸੀਗਾ ਇਸ ਗੱਲ ਤੇ ਵੀ ਭਾਜੀ ਨਾਲ ਇੱਦਾਂ ਹਨਾ ਬਹੁਤ। ਮੈਂ ਤਾਂ ਮੈਨੂੰ ਅੱਜ ਵੀ ਬਹੁਤ ਗੱਲਾਂ ਦੇ ਬਾਈ ਤੋਂ ਡਰ ਲੱਗਦਾ, ਬਾਈ ਕੰਫਰਟੇਬਲ ਕਰਾਉਂਦੇ ਨੇ ਮੈਨੂੰ, ਯਾਰ ਤੂੰ ਕੋਈ ਨੀ ਬੋਲਿਆ ਕਰ, ਐਂ ਕਰ ਲਿਆ ਕਰ। ਜਦੋਂ ਜਦੋਂ ਮੈਂ ਬਾਈ ਨੂੰ ਮਿਲਿਆ ਸੈੱਟ ਤੇ ਅਸੀਂ ਗਏ ਹਾਂ ਯੇ ਵੋ, ਰਾਣਾ ਰਣਬੀਰ ਭਾਜੀ ਦੀ ਦੂਜੀ ਸਾਈਡ ਮਤਲਬ ਵੀ ਜਿਹੜੀ ਜਮਾ ਹੀ ਓਪੋਜ਼ਿਟ ਆ, ਜਿਹੜੀ ਸਿਆਣਪ ਵਾਲੀ ਤੁਸੀਂ ਗੱਲ ਕਰਦੇ ਹੋ, ਰਹਿਣਾ ਸਿਆਣਾ ਫੇਰ ਆ, 24 ਘੰਟੇ ਮਜ਼ਾਕ, ਕੋਈ ਗੱਲ ਹੋ ਜੀ ਛੋਟੀ ਛੋਟੀ ਗੱਲ ਤੇ ਸਰਕੈਸਟਿਕ ਗੱਲ ਬੋਲ ਦੇਣੀ, ਕੋਈ ਤੁਰਿਆ ਫਿਰਿਆ ਆਉਂਦਾ ਉਹ ਕੁੜੀ ਤੂੰ ਇੱਧਰ ਕੀ ਕਰਦੀ ਵਰਦੀਆਂ ਜਿਵੇਂ ਖਾਣਾ ਅਲੇ ਝੋਲ ਸਲਾ, ਕੋਈ ਵੀ ਛੋਟੀਆਂ ਛੋਟੀਆਂ ਗੱਲਾਂ ਸਾਰਾ ਦਿਨ ਭਾਜੀ ਨੇ ਮਜ਼ਾਕ ਮੇਰੇ ਤੇ ਵੀ ਆ, ਭਾਵੇਂ ਜਿਵੇਂ ਸਾਡਾ ਇੱਕ ਦੋਸਤ ਗਿਆ ਹੋਇਆ ਸੀ ਨਾਲ ਉੱਥੇ ਸ਼ੂਟਿੰਗ ਤੇ ਤੇ ਉਹ ਖੜੇ ਖੜੇ ਤੋਂ ਕੁਛ ਡਿੱਗ ਗਿਆ, ਕਲੈਪ ਸੀ, ਕਲੈਪ ਡਿੱਗ ਗਈ, ਕਲੈਪ ਸੀ ਦੇਣੀ, ਹੁਣ ਕਲੈਪ ਐਂ ਕਰਕੇ ਨਾ ਉਹ ਡਿੱਗ ਗਈ ਤੇ ਮੈਂ ਕਿਹਾ ਇਹ ਤੂੰ ਕਿਵੇਂ ਕਰ ਲੈਣਾ ਦੁਬਾਰੇ ਕਰਕੇ, ਤੇ ਨਾਲੇ ਨਾਲੇ ਇਕੱਲੀ ਗੱਲ ਬੋਲਣ ਦੀ ਨਹੀਂ ਹੈਗੀ, ਇਕੱਲੀ ਗੱਲ ਬੋਲਣ ਦੀ ਨਹੀਂ ਬਾਈ, ਬਾਈ ਉਦੋਂ ਪੂਰਾ ਸੀਨ ਚ ਇਨਵੋਲਵ ਹੋਏ ਸੀ, ਕੈਮਰੇ ਦੇ ਵਿੱਚ ਫਰੇਮ ਵਗੈਰਾ ਸੈੱਟ ਕਰਵਾ ਰਹੀ ਸਾਰਾ, ਪਿੱਛੇ ਜੋ ਕਲੈਰਿਟੀ, ਸ਼ਾਬਾਸ਼ ਗੁਰਜੰਟ ਕਿਵੇਂ ਕਰ ਲੈਣਾ, ਜਿਵੇਂ ਹੁਣ ਕੀ ਆਇਆ ਕੋਈ ਚੀਜ਼ ਲਾਈਟ ਦੇ ਵਿੱਚ ਪਿਆ, ਲਾਈਟ ਵਿੱਚ ਵਜਿਆ, ਤਾਰ ਚੁਲਝ ਗਿਆ, ਕਮਾਲ ਹੈ ਯਾਰ, ਸਾਡੇ ਤੋਂ ਨਹੀਂ ਹੁੰਦਾ ਜੀ ਕਿਵੇਂ ਯਾਰ ਦੁਬਾਰਾ। ਸੋ ਬਾਈ ਉਹਦਾ ਐਂਗਲ ਹੀ ਕਮੇਡੀ ਨਹੀਂ ਜਾਂਦੀ ਹੈ ਨਾ, ਨਹੀਂ ਨਹੀਂ ਬਾਈ ਸਾਰਾ ਦਿਨ ਹੀ ਹਾਸੀ ਮਜ਼ਾਕ ਬਾਈ ਸਾਰਾ ਦਿਨ, ਹਾਸਾ ਤਾਂ ਰੂਹ ਦੀ ਖੁਰਾਕ ਹੈ, ਰੂਹ ਦੀ ਖੁਰਾਕ, ਹਾਂ ਸਹੀ ਗੱਲ, ਹਾਸਾ ਚਲਿਆ ਗਿਆ ਤਾਂ ਸਾਰਾ ਕੁਝ ਹੀ ਚਲਿਆ ਗਿਆ, ਜਦੋਂ ਖਿੜ ਕੇ ਹੱਲੇ ਨਾ ਅੱਖਾਂ 'ਚ ਪਾਣੀ ਆ ਜਾਂਦਾ ਅੱਖਾਂ 'ਚ, ਜਦੋਂ ਉਹ ਮਤਲਬ ਦਿਲ ਤੋਂ ਹੱਸਿਆ ਨਾ, ਉਹ ਤਾਂ ਹੱਸ ਹੀ ਅਲੋਪ ਹੋ ਗਿਆ ਸੀਗਾ। ਕੀ ਨਾਂ ਸੀ ਉਹ ਮੁੰਡੇ ਦਾ ਜਿਹੜਾ ਆਪਣਾ ਲਾਈਟਿੰਗ ਦੇ ਉੱਤੇ ਸੀਗਾ, ਉਹਦਾ ਲਾਫਟਰ ਇਹੋ ਜਿਹਾ ਸੀ, ਉਹ ਲਾਫਟਰ ਬੰਦ ਹੀ ਨਹੀਂ ਹੁੰਦਾ ਸੀ ਉਹਦੇ ਕੋਲੇ, ਲਾਫਟਰ ਜਦੋਂ ਸ਼ੁਰੂ ਹੋ ਜਾਂਦਾ ਤਾਂ ਪੌਜ ਤੇ ਸਟਾਪ ਦਾ ਬਟਨ ਹੀ ਨਹੀਂ ਹੈਗਾ, 15-15-20 ਮਿੰਟ ਚੱਲੇ ਹੁੰਦੇ ਸੀ, ਬੱਖੀਆਂ ਫੜ ਫੜ ਐਂ ਫੜਦਾ ਹੁੰਦਾ ਸੀ ਹਨਾ, ਹਰਮੇਸ਼ 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 ਉਹਦਾ ਨਾਂ ਹਨਾ, ਬੱਖੀਆਂ ਫੜ ਫੜ ਉਹਦੀ ਵੀਡੀਓ ਵੀ ਪਾ ਕੇ ਬਣਾਈਆਂ ਸੀ ਭੇਜੀਆਂ, ਜੇ ਉਹਨੂੰ ਕਹਿੰਦੇ ਵੀ ਹਰਮੇਸ਼ ਕੀ ਹੋ ਗਿਆ ਫੇਰ ਸਟਾਰਟ ਹੋ ਜਾਂਦਾ, ਹੱਸਦਾ ਬਾਈ ਲੇਟ ਸੀ, ਪਰ ਜੇ ਉਹਨੂੰ ਕੋਈ ਹਾਸੇ ਵਾਲੀ ਗੱਲ ਲੱਗ ਗਈ ਪੂਰੀ ਫਿਲਮ ਨੂੰ ਫੜ ਕੇ ਰੱਖਿਆ, ਬੰਨ ਕੇ ਰੱਖਿਆ, ਤਾਂ ਉਮਰ ਚ ਛੋਟਾ ਹੈ। ਅੱਛਾ ਜੀ, ਜਦੋਂ ਸਾਰੇ ਹੁਣ ਬਾਪੂ ਜੀ ਬਾਪੂ ਜਗਤ ਬਾਪੂ ਬਣ ਗਿਆ, ਸੋ ਬਹੁਤ ਪਿਆਰਾ ਐਕਟਰ ਹੈ, ਬਹੁਤ ਅੱਛਾ, ਸਰਦਾਰ ਸੋਹੀ ਸਾਹਿਬ ਸਾਡੇ ਨਾਲ ਸੈੱਟ ਦੇ ਉੱਤੇ, ਉਹ ਤਾਂ ਚਲੋ ਸਾਰਿਆਂ ਦੇ ਬਾਪੂ ਹੈਗੇ ਨੇ, ਉਹਨਾਂ ਨਾਲ ਹਾਸਾ ਠੱਠਾ ਕਰ ਲਈਦਾ, ਛੇੜ ਲਈਦਾ, ਖਿਜਾ ਕੇ ਸਵਾਦ ਲੈ ਲਈਦਾ ਉਹਨਾਂ ਨੂੰ, ਹਨਾ ਸਾਰੀਆਂ ਚੀਜ਼ਾਂ ਉਹਨਾਂ ਨਾਲ ਕਰੀਦੀਆਂ ਨੇ, ਬਟ ਓਵਰਆਲ ਬਹੁਤ ਪੋਜ਼ਿਟਿਵ ਮਾਹੌਲ ਰਿਹਾ ਸਾਡਾ। ਬੰਦੇ ਅਕਸਰ ਇੰਟਰਵਿਊਆਂ ਦੇ ਵਿੱਚ ਆਪਣੇ ਐਸੋਸੀਏਟ ਦਾ, ਆਪਣੇ ਆਸੇ ਪਾਸੇ ਦੇ ਨਾਂ ਲੈਣੇ ਭੁੱਲ ਜਾਂਦੇ ਆ, ਪਰ ਪ੍ਰੋਡਿਊਸਰ ਦਾ ਨਾਂ ਘੱਟ ਆਉਂਦਾ ਹਨਾ ਇੰਟਰਵਿਊ ਦੇ ਵਿੱਚ, ਜਿਹਦੇ ਕਰਕੇ ਫਿਲਮ ਬਣੀ ਹੈ, ਜਿਹਦੇ ਕਰਕੇ ਬੈਠੇ ਬੋਲੀ ਜਾਂਦੇ, ਜਿਹਨਾਂ ਨੂੰ ਖਰਚੇ ਪੈਣੇ ਨੇ ਸਭ ਕਾਸੇ ਦੇ, ਅਤੇ ਮਨਜੀਤ ਮਾਹਲ ਹੋਰੀ ਉਹਨਾਂ
ਉਹਨਾਂ ਵੱਲੋਂ ਬਹੁਤ ਖੁੱਲ ਸੀ ਉਹਨਾਂ ਭਾਬੀ ਜੀ ਨੇ ਆਪਣੇ ਕਈ ਵਾਰੀ ਘਰ ਦਾ ਬਣਿਆ ਖਾਣਾ ਲੈ ਕੇ ਆਉਣਾ, ਸਾਗ ਮੱਕੀ ਦੀਆਂ ਰੋਟੀਆਂ ਬਣਾ ਕੇ ਲੈ ਕੇ ਆਉਣੀਆਂ, ਪੁੱਛੀ ਜਾਣਾ ਵਾਰ ਵਾਰ ਕੀ ਚਾਹੀਦਾ। ਮਨਜੀਤ ਭਾਜੀ ਨੇ ਕੋਈ ਕੁਐਸਚਨ ਹੀ ਨਹੀਂ ਕਰਨਾ, ਮੈਂ ਕਹਿਣਾ ਵਾਰ ਵਾਰ ਭਾਜੀ ਦੇਖ ਲਓ ਹਿਸਾਬ ਲਾ ਲਓ ਵੀ ਕੋਈ ਨਾ ਭਾਜੀ ਫਿਲਮ ਬਣ ਰਹੀ ਆ ਬਸ ਠੀਕ ਹੈ। ਭਾਜੀ ਅੱਜ ਪੁੱਛਿਆ ਨਹੀਂ ਤੁਸੀਂ ਕਿੰਨੇ ਸੀਨ ਹੋਏ ਨੇ, ਮੇਰਾ ਕੰਮ ਹੀ ਨਹੀਂ ਹੈ ਪੁੱਛਣਾ, ਮਤਲਬ ਇਸ ਤਰ੍ਹਾਂ ਦੇ ਬੰਦੇ ਬਹੁਤ ਘੱਟ ਹੁੰਦੇ। ਫਿਲਮਾਂ ਫਿਰ ਹੀ ਚੰਗੀਆਂ ਬਣਦੀਆਂ ਜਦੋਂ ਬੰਦਾ ਪ੍ਰੋਡਿਊਸਰ ਦੀ ਹੱਲਾਸੇਰੀ ਨਾਲ ਹੋ ਜੇ। ਹਾਂ ਫਿਲਮਾਂ ਤਾਂ ਹੀ ਬਣਦੀਆਂ, ਬਸ ਇੱਕ ਐਂ ਵੀ ਮਤਲਬ ਪ੍ਰੋਡਿਊਸਰ ਨੂੰ ਬੱਕਰਾ ਨਾ ਸਮਝਿਆ ਜਾਵੇ ਵੀ ਇੱਥੇ ਫੜ ਦੋ ਗਰਦਨ ਤੇ ਕਰਕੇ ਝਟਕਾ ਦਿਓ ਨਾਲ ਦੀ ਨਾਲ ਅਗਲੀ ਵਾਰੀ ਨਵਾਂ ਬੱਕਰਾ ਫੜ ਲਓ, ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਤੇ ਨਾ ਮੈਂ ਵੇਖ ਰਿਹਾ ਸੀ ਕਿ ਮਨਸੂਬਾ ਬਾਤ ਪਿਓ ਪੁੱਤ ਦੀ, ਅਸੀਂ ਇਸ ਦੇ ਵਿੱਚ ਗੱਲ ਮਾਂ ਪੁੱਤ ਦੀ ਸੀਗੀ, ਇਹ ਸਾਡੇ ਨਾ ਪਿਓ ਪੁੱਤ ਨੂੰ ਸਮਝਿਆ ਨਹੀਂ, ਅਸੀਂ ਇੱਕ ਫਾਸਲਾ ਜਿਹਾ ਰੱਖੀ ਬੈਠੇ ਹੁੰਦੇ ਹਾਂ ਵੀ ਯਾਰ ਆਪਦੇ ਫਾਦਰ ਨਾਲ ਇੱਕ ਤਾਂ ਚਾਹੇ ਸੰਗ ਲਾ ਲਓ ਚਾਹੇ ਡਰ ਲਾ ਲਓ, ਵੀ ਸਾਡਾ ਪਿਆਰ ਮਾਂ ਨਾਲ ਜ਼ਿਆਦਾ ਹੁੰਦਾ ਹੈ। ਇਹ ਤੁਸੀਂ ਬਾਤ ਪਿਓ ਪੁੱਤ ਦੀ ਕਹੀ ਹੈਗੀ, ਅਤੇ ਉਹ ਤੁਸੀਂ ਰਿਸ਼ਤੇ ਨੂੰ ਕਿਵੇਂ ਵੇਖਦੇ? ਦੇਖੋ ਮਾਂ ਪੁੱਤ ਤਾਂ ਜ਼ਰੂਰੀ ਨਹੀਂ, ਪਿਆਰ ਤਾਂ ਪਿਓ ਨਾਲ ਵੀ ਹੁੰਦਾ। ਸ਼ੁਰੂ ਤੋਂ ਸਾਡੇ ਪੀੜ੍ਹੀ ਦਰ ਪੀੜ੍ਹੀ ਇਹ ਬਣਿਆ ਹੈ ਕਿ ਬਾਪੂ ਦਾ ਮਤਲਬ ਖੂੰਡਾ ਹਨਾ, ਕੱਢ ਤੂੰ ਤੇਰੀਆਂ ਰੜਕਾਂ ਬਾਪੂ ਦਾ ਖੂੰਡਾ, ਬਾਪੂ ਦਾ ਮਤਲਬ ਚਪੇੜ, ਬਾਪੂ ਦਾ ਮਤਲਬ ਨੋ ਹਨਾ, ਬਾਪੂ ਦਾ ਮਤਲਬ ਫਾਟਕ, ਤੇ ਬੀਬੀ ਨੂੰ ਮਾਂ ਨੂੰ ਵੜਿਆ ਕੇ ਕੁਛ ਮਰਜ਼ੀ ਕਰਾ ਲਓ। ਪਿਓ ਜਿਹੜਾ ਅੰਦਰੋਂ ਹੁੰਦਾ ਨਾ, ਪਿਓ ਬਹੁਤ ਸੌਫਟ ਹੁੰਦਾ, ਬਟ ਇੱਕ ਉਹਨੇ ਲਾਣੇਦਾਰੀ ਸਾਂਭਣੀ ਹੁੰਦੀ ਹੈ, ਡਿਸਿਪਲਿਨ ਸਾਂਭਣਾ ਹੁੰਦਾ। ਜਿਵੇਂ ਫਿਲਮ ਦੇ ਸੈੱਟ ਦੇ ਉੱਤੇ ਡਾਇਰੈਕਟਰ ਹੈ ਨਾ ਜਿਹੜਾ, ਉਹ ਆਪਣੀਆਂ ਕਈ ਚੀਜ਼ਾਂ ਰੋਕ ਕੇ ਵੀ ਰੱਖਦਾ, ਕਈ ਚੀਜ਼ਾਂ ਖੁੱਲ੍ਹ ਵੀ ਲੈਂਦਾ। ਪਰ ਮੈਂ ਇੰਨਾ ਜ਼ਰੂਰ ਰੱਖਿਆ ਵੀ ਡਾਇਰੈਕਟਰ ਇਹੋ ਜਿਹਾ ਨਾ ਬਣ ਕੇ ਰੱਖੇ ਵੀ ਜਿਵੇਂ ਬਾਪੂ ਲਈ ਲੋਕ ਲੱਗ ਜਾਂਦਾ, ਬੰਦਾ ਤੁਹਾਡੇ ਨਾਲ ਗੱਲ ਹੀ ਨਾ ਸ਼ੇਅਰ ਕਰੇ। ਇਸ ਲਈ ਮੈਂ ਮਾਹੌਲ ਥੋੜ੍ਹਾ ਜਿਹਾ ਫਲੈਕਸੀਬਲ ਰੱਖਦਾ, ਦੋਸਤੀ ਵਾਲਾ ਰੱਖਦਾ, ਚੌੜ ਵਾਲਾ ਰੱਖਦਾ। ਕਿਸੇ ਨੇ ਵਧੀਆ ਸ਼ੋਟ ਦਿੱਤਾ ਤਾਂ ਕਹਿਣਾ ਉਹ ਰੌਣੇ ਲਵ ਯੂ ਤੇਰੀਆਂ ਲੈਲਾਂ ਪੱਪੀਆਂ ਪਾਲਾਂ ਜੱਫੀਆਂ ਹਨਾ, ਹਰੇਕ ਨੂੰ। ਚਾਹੇ ਕਿਸੇ ਕੁੜੀ ਨੇ ਵੀ ਸੀਮਾ ਮੈਡਮ ਸਾਡੇ ਨਾਲ ਕੰਮ ਕਰਦੇ ਸੀ ਪੋਸਤੀ ਦੇ ਵਿੱਚ ਹਨਾ, ਰੂਪੀ ਮੈਡਮ ਕੰਮ ਕਰਦੇ ਸੀ ਉਹਦੇ ਵਿੱਚ, ਰੂਪੀ ਭੈਣ ਜੀ ਅਸੀਸ ਦੇ ਵਿੱਚ, ਉਹ ਰੂਪੀ ਭੈਣ ਜੀ ਲਵ ਯੂ ਲਵ ਯੂ ਲਵ ਯੂ, ਮਤਲਬ ਮਾਈਕ 'ਚ ਬੋਲ ਕੇ ਆਸੇ ਪਾਸੇ ਸਾਰਿਆਂ ਨੂੰ ਪਤਾ ਲੱਗੇ। ਤੋ ਇਹ ਲੋਕ ਤੋੜਨੇ ਬਹੁਤ ਜ਼ਰੂਰੀ ਹੁੰਦੇ ਨੇ। ਪਿਓ ਦੇ ਪੁੱਤ ਦੇ ਵਿੱਚ ਇੱਕ ਅਜੀਬ ਲੋਕ ਲੱਗ ਜਾਂਦਾ ਹੈ, ਬੰਦੇ ਦਾ ਪਿਓ ਦਾ ਬਹੁਤ ਜੀ ਕਰਦਾ ਹੁੰਦਾ ਮੈਂ ਜੱਫੀ ਪਾ ਲਾਂ, ਪੁੱਤ ਦਾ ਬਹੁਤ ਜੀ ਕਰਦਾ ਹੁੰਦਾ ਮੈਂ ਜੱਫੀ ਪਾ ਲਾਂ, ਮੈਂ ਲਵ ਯੂ ਕਹਿ ਦਾਂ। ਪਰ ਉਹਨਾਂ ਵੀ ਜੇ ਮੈਂ ਪਾਲੀ ਜੱਫੀ ਪਤਾ ਨਹੀਂ ਕੀ ਕਹਿਣਗੇ, ਪਿਓ ਨੂੰ ਲੱਗਦਾ ਜੇ ਮੈਂ ਜੱਫੀ ਪਾਲੀ ਪਤਾ ਨਹੀਂ ਇਹ ਕੀ ਸੋਚੂਗਾ, ਮੇਰੀ ਇਮੇਜ 'ਤੇ ਫਰਕ ਪਊਗਾ। ਇਹ ਇਮੇਜ ਦਾ ਫਰਕ ਜਦੋਂ ਬਾਪੂ ਦੁਨੀਆਂ ਤੋਂ ਚਲਿਆ ਜਾਂਦਾ ਫਿਰ ਬੰਦੇ ਦੇ ਅੰਦਰ ਹੁੰਦਾ ਯਾਰ ਮੈਂ ਤਾਂ ਪਾਪਾ ਨੂੰ ਜੱਫੀ ਵੀ ਨਹੀਂ ਪਾਈ, ਮੈਂ ਤਾਂ ਬਾਪੂ ਨੂੰ ਜੱਫੀ ਵੀ ਨਹੀਂ ਪਾਈ, ਲੰਘਿਆ ਵੇਲਾ ਹੱਥ ਨਹੀਂ ਆਉਂਦਾ। ਸੋ ਬਾਪੂ ਕੋਈ ਹਊਆ ਨਹੀਂ ਹੈ, ਕੋਈ ਮਤਲਬ ਐਸ ਐਚ ਓ ਨਹੀਂ, ਥਾਣੇਦਾਰ ਨਹੀਂ ਹੈਗਾ ਮਤਲਬ ਲੱਗਿਆ ਹੋਇਆ। ਬਾਪੂ ਵੀ ਚਾਹੁੰਦਾ ਹੁੰਦਾ ਕਿ ਜੱਫੀ ਪਹਿਲ ਤੁਸੀਂ ਕਰ ਲਓ, ਜੇ ਬਾਪੂ ਸੁਣਦੇ ਨੇ ਤਾਂ ਬਾਪੂ ਪਹਿਲ ਕਰ ਲੈਣ, ਪਿਓ ਨੂੰ ਪੁੱਤ ਨੂੰ ਜੱਫੀ ਪਾਉਣ ਦੀ, ਧੀ ਨੂੰ ਜੱਫੀ ਪਾਉਣ ਦੀ, ਧੀ ਨਾਲ ਗੱਲ ਕਰਨ ਦੀ, ਲਵ ਯੂ ਕਹਿਣ ਦੀ ਆਦਤ ਪਾ ਲਓ ਨਾ ਕਿਸੇ ਨਾਲ ਗੱਲ ਤੋਂ। ਕਿਸੇ ਨੇ ਵੇਟਰ ਵੀ ਆਇਆ, ਉਹਦੀ ਇੱਕ ਡਿਊਟੀ ਹੈ, ਉਹਨੇ ਤੁਹਾਨੂੰ ਵਧੀਆ ਸਰਵ ਕੀਤਾ, ਉਹਨੂੰ ਕਹਾ ਲਵ ਯੂ ਮੈਨ। ਮੈਂ ਕਹਿ ਦਾਂਗਾ ਕਿ ਵੀ ਰੈਸਟੋਰੈਂਟ 'ਚ ਦੇਖੂ ਵੀ ਇਹਨੂੰ ਕੀ ਹੋ ਗਿਆ, ਹੈ ਨਾ। ਜਾਂਦੇ ਜਾਂਦੇ ਤੁਸੀਂ ਕਿਸੇ ਨੇ ਛੇੜ ਲਓ, ਹੋਰ ਠੀਕ ਆ ਕਿਵੇਂ ਆ, ਕੋਈ ਸਿਕਿਉਰਿਟੀ 'ਤੇ ਖੜਾ, ਇੰਨੀ ਗੱਲ ਹੁੰਦੀ ਹੈ, ਪਹਿਲ ਕਰਨੀ ਪੈਂਦੀ ਹੈ। ਪਰ ਅਸੀਂ ਪਹਿਲ ਨਹੀਂ ਕਰਦੇ, ਪਿਓ ਪੁੱਤ ਦੇ ਵਿੱਚ ਪਹਿਲ ਕਰਨ ਦੀ, ਅਤੇ ਕਿਹੜਾ ਲੋਕ ਲੱਗਿਆ ਹੈ ਅਜੀਬ ਜਿਹਾ, ਹੈ ਨਾ। ਬੰਦੇ ਤਾਂ ਜੀ ਬਹੁਤ ਕਰਦਾ, ਪਰ ਬਾਅਦ ਦੇ ਵਿੱਚ ਜਦੋਂ ਫਿਰ ਚੱਲਿਆ ਜਾਂਦਾ ਕੋਈ ਰਿਸ਼ਤਾ ਦੁਨੀਆਂ ਤੋਂ, ਫਿਰ ਬੰਦਾ ਹਾਕਾਂ ਮਾਰਦਾ, ਫਿਰ ਸੁਪਨਿਆਂ 'ਚ ਜੱਫੀਆਂ ਪਾਉਂਦਾ ਫਿਰਦਾ, ਫਿਰ ਤਰਸਦਾ ਵੀ ਜੇ ਮੈਂ ਲੰਘੇ ਵੇਲਾ ਨੂੰ ਹੁਣ ਮੁੜਨਾ ਨਹੀਂ, ਜੇ ਮੇਰਾ ਪਿਓ ਜਿਉਂਦਾ ਹੁੰਦਾ ਮੈਂ ਭੱਜ ਕੇ ਜੱਫੀ ਪਾ ਲੈਂਦਾ, ਮੈਂ ਮਾਫ਼ੀ ਮੰਗ ਲੈਂਦਾ, ਮੈਂ ਕਹਿੰਦਾ ਮੈਂ ਆਹ ਕਰਨਾ। ਜਿਉਂਦੇ ਜੀ ਕਰ ਲਈਏ ਤਾਂ ਬਹੁਤ ਅੱਛੀ ਗੱਲ ਆ ਬਈ। ਜਿੱਦਾਂ ਨਾ ਤੁਸੀਂ ਕਿਹਾ ਵੀ ਲਵ ਯੂ, ਸਾਨੂੰ ਸਾਡੇ ਨਾ ਅੰਦਰ ਇੱਕ ਭੈ ਜਿਹਾ ਲਾ ਲਓ ਚਾਹੇ ਵੀ, ਲਵ ਯੂ ਅਸੀਂ ਸਿਰਫ ਆਪਣੀ ਗਰਲਫ੍ਰੈਂਡ ਨੂੰ ਕਹਿ ਸਕਦੇ ਹਾਂ, ਹੈ ਨਾ, ਯਾਰ ਦੋਸਤ ਨੂੰ ਕਹਿੰਦੇ ਹਾਂ ਵੀ ਯਾਰ ਬਾਪੂ ਨੂੰ ਲਵ ਯੂ ਕਿਵੇਂ ਕਹਿ ਦਈਏ, ਚਾਹੇ ਡਰ ਲਾ ਲਓ ਚਾਹੇ ਸੰਗ ਲਾ ਲਓ। ਸਾਡੇ ਲਵ ਯੂ ਦਾ ਮਤਲਬ ਤਾਂ ਸਿਰਫ ਇੰਨਾ ਹੀ ਹੈ ਵੀ ਕੁੜੀ ਤੇ ਮੁੰਡੇ ਦਾ ਪਿਆਰ, ਮੁਹੱਬਤ ਨਹੀਂ। ਲਵ ਯੂ ਤਾਂ ਮੈਂ ਤਾਂ ਸਾਡੇ ਬਰਫੀ ਨੂੰ ਵੀ ਕਹਿੰਦਾ ਨਾ, ਜਿਹੜੀ ਡੌਗ ਹੈ ਸਾਡੀ, ਹੈ ਨਾ, ਬਰਫੀ ਆਈ ਲਵ ਯੂ ਡਾਰਲਿੰਗ। ਡਾਰਲਿੰਗ ਸ਼ਬਦ
ਕਈਆਂ ਨੂੰ ਡਾਰਲਿੰਗ ਲੱਗਦਾ ਕਿ ਵਾਈਫ ਲਈ ਤੇ ਮਸ਼ੂਕ ਲਈ ਬਣਿਆ ਹੋਇਆ। ਮਤਲਬ ਮੇਰੇ ਕਿੰਨੇ ਦੋਸਤ ਨੇ ਪਿੱਛੇ ਜੇ ਮੇਰੀ ਬੇਟੀ ਦਾ ਜਦੋਂ ਵਿਆਹ ਤਾਂ ਅਮੈਰੀਕਾ ਤੋਂ ਆਇਆ ਤੇ ਕੁੜੀ ਮੈਨੂੰ ਕਹਿੰਦੀ ਚਾਚਾ ਜੀ ਤੁਹਾਡੇ ਨਾਲ ਗੱਲ ਕਰਨੀ ਆ। ਕਹਿੰਦੀ ਹਾਂ। ਕਹਿੰਦੀ ਇੱਕ ਦਿਨ ਚਾਚਾ ਪਾਪਾ ਮੈਸੇਜ ਸੁਣੀ ਜਾਣ ਤੇ ਕਾਰ ਚ ਲਾਇਆ, ਕਹਿੰਦੀ ਉਹ ਸਪੀਕਰ ਚੱਲ ਪਿਆ ਤੇ ਤੁਸੀਂ ਕਰਿਓ ਕਿੱਦਾਂ ਡਾਰਲਿੰਗ ਕਿਵੇਂ। ਕਹਿੰਦੀ ਮੈਂ ਤੇ ਮੰਮੀ ਬੜਾ ਹੱਸੇ। ਕਹਿੰਦੀ ਉੱਪਰ ਤੁਹਾਨੂੰ ਪਾਪਾ ਰਿਪਲਾਈ ਕਰਨੇ ਵਧੀਆ ਡਾਰਲਿੰਗ, ਤੂੰ ਸੁਣਾ ਡਾਰਲਿੰਗ ਕਿਵੇਂ ਆ। ਕਹਿੰਦੀ ਮੰਮਾ ਕਹਿੰਦੀ ਵੀ ਤੁਸੀਂ ਮੈਨੂੰ ਅੱਜ ਤੱਕ ਡਾਰਲਿੰਗ ਕਿਹਾ ਨੀ, ਰਾਣੇ ਨੂੰ ਡਾਰਲਿੰਗ ਡਾਰਲਿੰਗ ਕਰੀ ਜਾਂਦੇ ਹੋ। ਸੋ ਸਾਡਾ ਗਿੱਲ, ਕਈ ਮੇਰੇ ਜਿਹੜੇ ਬਹੁਤ ਅੱਛੇ ਦੋਸਤ ਨੇ ਨੇੜੇ ਦੇ ਨੇ ਉਹਨਾਂ ਨੂੰ ਡਾਰਲਿੰਗ ਕਹਿ ਕੇ ਬੁਲਾਉਂਦਾ ਮੈਂ। ਡਾਰਲਿੰਗ ਸ਼ਬਦ ਕੀ ਕੌਣ ਹੈ, ਪਿਆਰਾ ਪਿਆਰਾ ਹੈਨਾ, ਪਿਆਰਾ ਹੀ ਕਹਿਣਾ ਆਪਾਂ। ਮੈਂ ਤੈਨੂੰ ਪਿਆਰ ਕਰਦਾ ਪਿਆਰ, ਤੁਸੀਂ ਮੈਂ ਤਾਂ ਆਪਣੀ ਗੱਡੀ ਨੂੰ ਵੀ ਲਵ ਯੂ ਕਹਿ ਦੇਣਾ ਦਰਵਾਜ਼ਾ। ਹੁਣ ਚਲ ਫੇਰ ਕਹਿਣਗੇ ਸਿਆਣੇ ਜਿਹੀਆਂ ਗੱਲਾਂ ਕਰਨ ਲੱਗ ਗਿਆ, ਮੈਂ ਲਵ ਯੂ ਕਿਸੇ ਨੂੰ ਵੀ ਕਿਹਾ ਜਾ ਸਕਦਾ, ਕਿਹਾ ਜਾ ਸਕਦਾ। ਅਸੀਂ ਨਾਲ ਪਿੰਡ 'ਚ ਆਪਾਂ ਕਿਸੇ ਨੂੰ ਕਹਿ ਦਈਏ ਕੋਈ ਚਾਹੇ ਤਾਂ ਵੀ ਲਵ ਯੂ, ਅੱਧਾ ਪਿੰਡ ਪੰਚਾਇਤ ਇਕੱਠੀ ਹੋ ਜੂ। ਜਿਵੇਂ ਮੈਂ ਇੱਕ ਪਲੇ ਦੇ ਵਿੱਚ ਪਾਇਆ ਸੀਗਾ ਉਹ ਪਿਓ ਪੁੱਤ ਦੀ ਬਾਤ ਸੀ, ਉਹ ਮੇਰੇ ਲਾਈਨਾਂ ਵਾਲੇ ਯਾਦ ਨਹੀਂ ਆ ਰਹੀਆਂ। ਪਾਪਾ ਜੀ ਦੇ ਵਿਛੜਨ ਦੇ ਉੱਤੇ ਲਿਖਿਆ ਸੀਗਾ ਹਨਾ ਗੀਤ, ਤੇ ਵੀ ਉਹ ਜੈਜੀ ਭਾਜੀ ਨੇ ਗਾਇਆ ਸੀ, ਆ ਜਾ ਆ ਜਾ ਆ ਜਾ ਬਾਪੂ ਘੁੱਟ ਕੇ ਜੱਫੀ ਪਾਵਾਂ, ਠੀਕ ਹੈ ਨਾ। ਸੋ ਉਹ ਗਾਣਾ ਬਹੁਤ ਜ਼ਿਆਦਾ ਚੱਲਿਆ ਸੀ, ਉਹ ਪਾਪਾ ਜੀ ਲਈ ਬਾਪੂਆਂ ਲਈ ਲਿਖਿਆ ਸੀ, ਸਾਰਿਆਂ ਨੇ ਬਹੁਤ ਫਿਰ ਆਪਣੇ ਬਾਪੂਆਂ ਨਾਲ ਵੀਡੀਓ ਬਣਾ ਕੇ ਭੇਜੀਆਂ ਸੀ ਉਸ ਗਾਣੇ ਦੇ ਉੱਤੇ। ਤੇ ਹੁਣ ਮੈਂ ਪਤਾ ਨਹੀਂ ਗੱਲ ਕੀ ਕਰਨ ਲੱਗੇ ਸੀ, ਚੱਲੀ ਹਾਂ ਲਵ ਜੂ ਦੀ ਸੀ। ਉਹ ਪਲੇ ਸੀਗਾ ਮਤਲਬ ਗੁੱਡਮੈਨ ਦੀ ਲਾਲਟੈਨ, ਉਹਦੇ ਵਿੱਚ ਮੈਂ ਕਹਿੰਦਾ ਮੈਂ ਕਾਲਜ ਗਿਆ ਤੇ ਮੈਂ ਕਹਿੰਦਾ ਵੀ ਇੱਕ ਕੁੜੀ ਨੂੰ ਪ੍ਰਪੋਜ਼ ਕੀਤਾ ਤੇ ਉਹਨੂੰ ਕਿਹਾ ਵੀ ਮੈਂ ਵੀ ਤੈਨੂੰ ਪਿਆਰ ਕਰਦਾ। ਕਹਿੰਦੀ ਜਿੰਨੇ ਥਾਂ ਦੇ ਉੱਤੇ ਆਈ ਲਵ ਯੂ ਲਿਖਿਆ ਜਾਂਦਾ ਤੈਨੂੰ ਲੰਬੇ ਨੂੰ ਪਾ ਦਿਓ, ਇੰਨਾ ਕੁ ਤਾਂ ਤੂੰ ਐ ਲੱਗਦਾ ਆਈ ਲਵ ਯੂ ਦਾ। ਤੇ ਕਹਿੰਦਾ ਨਹੀਂ ਮੈਂ ਤੈਨੂੰ ਪਿਆਰ ਕਰਦਾ ਵੀ ਐਂ ਕਰਕੇ ਐਂ। ਕਹਿੰਦੀ ਕਦੇ ਆਪਣੀ ਮਾਂ ਨੂੰ ਕਿਹਾ ਆਈ ਲਵ ਯੂ? ਉਹ ਕਹਿੰਦਾ ਵੀ ਸੋਚਣ ਲੱਗ ਗਿਆ, ਕਹਿੰਦਾ ਮੈਂ ਤੈਨੂੂੰ ਪਿਆਰ ਕਰਦਾ। ਕਹਿੰਦੀ ਇਹਦਾ ਮਤਲਬ ਆਪਣੀ ਮਾਂ ਨੂੰ ਪਿਆਰ ਨਹੀਂ ਕਰਦਾ? ਫਿਰ ਉਹ ਜਾਂਦਾ ਪਿੰਡ ਜਾ ਕੇ ਆਪਣੀ ਮਾਂ ਨੂੰ ਕਹਿੰਦਾ ਵੀ ਬੇਬੇ ਆਈ ਲਵ ਯੂ ਹਨਾ। ਕਹਿੰਦੀ ਮੈਂ ਛਿੱਤਰ ਮਾਰਨੀ ਲੱਗਦਾ ਆਈ ਲਵ ਯੂ ਦਾ, ਇਹੋ ਕੀ ਹੁੰਦਾ ਬੋਟ ਤੈਨੂੰ ਸੰਗ ਨਹੀਂ ਆਉਂਦੀ, ਜਾ ਆਪਣੇ ਪਿਓ ਨੂੰ ਕਹਿ। ਕਹਿੰਦਾ ਮੈਂ ਪਿਓ ਕੋਲੇ ਗਿਆ ਪਰ ਡਰ ਗਿਆ, ਕਹਿ ਨਹੀਂ ਸਕਿਆ। ਉਹ ਆਪਣੇ ਪਿਓ ਦੇ ਮਰਨ ਦੀ ਖਬਰ ਸੁਣਾ ਰਿਹਾ। ਕਹਿੰਦਾ ਬਾਪੂ ਪਰ ਅੱਜ ਜੀ ਕਰਦਾ ਵੀ ਤੂੰ ਜਿਉਂਦਾ ਹੋਵੇਂ ਤਾਂ ਮੈਂ ਤੈਨੂੰ ਜੱਫੀ ਪਾ ਕੇ ਕਹਾਂ ਕਿ ਆਈ ਲਵ ਯੂ। ਸੋ ਆਈ ਲਵ ਯੂ ਕਿਸੇ ਨੂੰ ਵੀ ਕਿਹਾ ਜਾ ਸਕਦਾ, ਲਵ ਯੂ ਤਾਂ ਇੱਕ ਫੀਲਿੰਗ ਹੈ। ਬਾਈ ਨਾ ਕਈ ਵਾਰੀ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ, ਅਸੀਂ ਤਾਂ ਫਾਦਰ ਨਾਲ ਨਹੀਂ ਕਰ ਸਕਦੇ, ਬਾਅਦ 'ਚ ਜਦੋਂ ਜ਼ਿੰਦਗੀ ਤੁਰ ਜਾਂਦੇ ਨਾ ਰਹਿ ਜਾਂਦੀਆਂ ਨੇ ਗੱਲਾਂ ਵੀ ਯਾਰ ਇਹ ਤਾਂ ਗੱਲ ਮੈਂ ਕਰਨੀ ਸੀ, ਤਾਂ ਗੱਲ ਬਾਪੂ ਨਾਲ ਕਦੇ ਬਹਿ ਕੇ ਕਰ ਹੀ ਨਹੀਂ ਸਕਿਆ, ਬਾਪੂ ਨਾਲ ਕਦੇ ਮੈਂ ਦੋਸਤੀ ਕਰ ਹੀ ਨਹੀਂ ਸਕਿਆ। ਮੈਨੂੰ ਲੱਗਦਾ ਬਾਈ ਨਾ ਕਿ ਜ਼ਿੰਦਗੀ ਦਾ ਹਰ ਰਿਸ਼ਤੇ ਦੇ ਵਿੱਚ ਦੋਸਤੀ ਹੋਣਾ ਬਹੁਤ ਜ਼ਰੂਰੀ ਆ, ਚਾਹੇ ਤੁਹਾਡੇ ਡੈਡੀ। ਮੈਂ ਯਾਦ ਹੀ ਕਰ ਰਿਹਾ ਸੀ, ਉਹਦਾ ਮੇਰੇ ਦਿਮਾਗ 'ਚ ਚੱਲ ਰਿਹਾ ਸੀ ਕਹਿੰਦਾ ਝੂਟੇ ਮਾਟੇ ਦੇ ਕੇ ਜਿਹਨੇ ਲੋਰੀ ਦੇ ਕੇ ਪਾਇਆ, ਝੂਟੇ ਮਾਟੇ ਦੇ ਕੇ ਜਿਹਨੇ ਲੋਰੀ ਦੇ ਕੇ ਪਾਇਆ, ਮੋਢਿਆਂ ਉੱਤੇ ਚੁੱਕ ਕੇ ਜਿਹਨੇ ਸਾਰਾ ਜੱਗ ਦਿਖਾਇਆ, ਉਸ ਪਿਓ ਦੇ ਮੂੰਹ ਦੀਆਂ ਬਾਤਾਂ ਹੇਕਾਂ ਲਾ ਲਾ ਗਾਵਾਂ, ਆ ਜਾ ਆ ਜਾ ਆ ਜਾ ਬਾਪੂ ਘੁੱਟ ਕੇ ਜੱਫੀ ਪਾਵਾਂ, ਆ ਜਾ ਆ ਜਾ ਆ ਜਾ ਪਾਪਾ ਘੁੱਟ ਕੇ ਜੱਫੀ ਪਾਵਾਂ। ਸਹੀ ਗੱਲ, ਮੈਂ ਕਹਿਣਾ ਜ਼ਰੂਰ ਏ ਗੱਲ ਜਿਉਂਦੇ ਜੀ ਰਹਿ ਕੇ ਕਰ ਲੈਣੀ ਚਾਹੀਦੀ ਹੈ, ਬਿਲਕੁਲ। ਆਪਣੇ ਮਾਂ ਬਾਪ ਨੇ, ਯਾਰ ਦੋਸਤ ਆ, ਸੋਰੀ ਕਹਿ ਲਓ ਹਨਾ, ਮਾਫ਼ੀ ਮੰਗ ਲਓ, ਬੰਦਾ ਛੋਟਾ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ। ਤੇ ਨਵਦੀਪ ਵੀਰੇ ਚਲੋ ਥੋੜਾ ਮਾਹੌਲ ਬਦਲਦੇ ਹਾਂ। ਹਾਂਜੀ ਹਾਂਜੀ ਬਾਈ, ਇੰਟੈਂਸ ਹੋ ਗਿਆ। ਹਾਂ ਇੰਟੈਂਸ ਹੋ ਗਿਆ ਸੀ। ਤੇ ਨਾ ਰਾਣੇ ਬਾਈ ਉਹਨਾਂ ਨੇ ਤੁਹਾਡੇ ਬਾਰੇ ਬਹੁਤ ਲਿਖ ਕੇ ਪਾਇਆ ਸੀ, ਕਹਿੰਦੇ ਮੁੰਡੇ ਦੀ 8 ਸਾਲ ਦੀ ਮਿਹਨਤ ਹੈ ਇਸ ਫਿਲਮ ਦੇ ਲਈ, ਹੈ ਨਾ, ਛੋਟੇ ਕਰੈਕਟਰ ਕੀਤੇ ਨੇ ਫਿਲਮ ਦੇ ਵਿੱਚ। ਹਾਂਜੀ, ਸਟਰਗਲ ਤਾਂ ਕਿਉਂ ਜੀ ਰਹੀ, ਜਾਂ ਫਿਰ ਜਦੋਂ ਮੁਕਾਮ ਮਿਲਦਾ ਤਾਂ ਅੰਦਰਲੀ ਫੀਲਿੰਗ ਅੰਦਰਲਾ ਚਾਹ ਕਿਉਂ ਜਿਹਾ ਹੁੰਦਾ? ਬਾਈ ਬਹੁਤ ਮਤਲਬ ਇਹ ਸਾਰਾ ਇੱਕ ਇੱਕ ਸੁਪਨੇ ਵਾਂਗੂ ਹੈ ਬਾਈ ਮੇਰੇ ਲਈ, ਕਿਉਂਕਿ ਜਿਹੜੀਆਂ ਜਿਹੜੀਆਂ ਚੀਜ਼ਾਂ 'ਚੋਂ ਮਤਲਬ ਲੰਘੇ ਹਾਂ, ਜੋ ਜੋ ਚੀਜ਼ਾਂ ਹੰਢਾਈਆਂ, ਜਿਹੜੀਆਂ ਆਸਾਂ ਟੁੱਟੀਆਂ,
ਫਿਰ ਹੌਲੀ ਹੌਲੀ ਇੰਡਸਟਰੀ ਦਾ ਕਲੀਅਰ ਹੋਇਆ ਵੀ ਕਿਵੇਂ ਆਡੀਸ਼ਨ ਵੀ ਨਾਮ ਦੇ ਹੁੰਦੇ ਨੇ, ਆਡੀਸ਼ਨ ਨਹੀਂ ਰੱਖਦਾ ਕੋਈ ਜਾਂ ਕੁਛ, ਫਿਰ ਜੋ ਵੀ ਜਿਹੜੇ ਜਿਹੜੇ ਵੀ ਬੰਦਿਆਂ ਨੇ ਹੁਣ ਤੱਕ ਬਾਂਹ ਫੜੀ ਹੈ, ਜਗਦੀਪ ਸਿੱਧੂ ਬਾਈ ਨੇ ਵੱਡੀਆਂ ਫਿਲਮਾਂ ਤਾਂ ਉਹਨਾਂ ਨੇ ਕਰਵਾਈਆਂ, ਠੀਕ ਹੈ, ਅਤੇ ਹੁਣ ਜਿਵੇਂ ਬਾਈ ਨੇ ਕੰਮ ਦਿੱਤਾ, ਤਾਂ ਬਸ ਇਹੀ ਹੈ ਬਾਈ ਵੀ ਇਹ ਫੀਲਿੰਗ ਬਹੁਤ ਜ਼ਿਆਦਾ ਬਹੁਤ ਬਹੁਤ ਜ਼ਿਆਦਾ ਸਪੈਸ਼ਲ ਆ ਦਿਨ, ਆ ਇਕੱਲਾ ਇਕੱਲਾ ਦਿਨ ਜਿਹੜਾ ਰਿਲੀਜ਼ ਤੱਕ ਦਾ ਜਾਂ ਜਿਹੜਾ ਸ਼ੂਟ ਦਾ ਸੀ, ਬਹੁਤ ਮੇਰੀ ਉਹ ਲਾਈਫ ਦੇ ਸਾਲ, ਇੱਕ ਸਾਲ ਇਹ ਮੈਂ ਮਨਸੂਬਾ ਨੂੰ ਦਿੱਤਾ ਪੂਰਾ ਬਾਈ, ਸ਼ੂਟ ਦਾ ਮਿਲਾ ਕੇ ਆ ਹੁਣ ਪੋਸਟ ਪ੍ਰੋਡਕਸ਼ਨ ਤੋਂ ਬਾਅਦ ਆ ਪ੍ਰਮੋਸ਼ਨਾਂ ਦਾ, ਵੀ ਇਹ ਲਾਈਫ 'ਚ ਕਿਤੇ ਵੀ ਚਲੀ ਜਾਈਏ ਬਾਈ, ਇਹ ਸਾਲ ਇੱਕ ਪਾਸੇ ਰਹੂਗਾ, ਇਹਦੀ ਵੇਟੇਜ ਇੱਕ ਪਾਸੇ ਰਹੂਗੀ, ਅਤੇ ਬਾਕੀ ਸਾਰੀ ਕਿੰਨਾ ਹੀ ਬਾਈ ਉਦੋਂ ਬਾਅਦ ਘੱਟ ਕੰਮ ਕਰੀਏ ਵੱਧ ਕਰੀਏ ਕੁਛ ਕਰੀਏ, ਬਟ ਇਹ ਜਿਹੜਾ ਫੇਜ਼ ਆ ਇਹ ਹਮੇਸ਼ਾ ਸਪੈਸ਼ਲ ਰਹੂਗਾ ਬਾਈ, ਇਹਦੇ ਲਈ ਬਹੁਤ ਜ਼ਿਆਦਾ ਮੈਂ ਗ੍ਰੇਟਫੁੱਲ ਹਾਂ, ਕਿਉਂਕਿ ਮੈਂ ਦੇਖਦਾ ਮੈਂ ਹੰਢਾਈ ਆ ਉਹ ਚੀਜ਼, ਮੈਂ ਮੇਰੇ ਤੋਂ ਬਿਹਤਰ ਐਕਟਰ ਵੀ ਬੈਠੇ ਨੇ, ਮੇਰੇ ਤੋਂ ਘੱਟ ਵਾਲੇ ਵੀ ਬੈਠੇ ਨੇ, ਮੇਰੇ ਬਰਾਬਰ ਦੇ ਵੀ ਬੈਠੇ ਨੇ, ਬਟ ਮੈਂ ਚਲੋ ਸਟਰਗਲ ਭਾਵੇਂ ਕੀਤੀ ਆ ਨਹੀਂ ਕੀਤੀ, ਬਟ ਮੈਨੂੰ ਇਹ ਮਿਲਿਆ, ਮੈਂ ਇਹਦੇ ਲਈ ਗ੍ਰੇਟਫੁੱਲ ਹਾਂ ਬਾਈ, ਅਤੇ ਬਹੁਤ ਇੱਦਾਂ ਦੇ ਐਕਟਰ ਬੈਠੇ ਨੇ ਜਿਨ੍ਹਾਂ ਨੂੰ ਹੋਰ ਮੌਕਾ ਮਿਲਣਾ ਚਾਹੀਦਾ, ਤਾਂ ਮੈਂ ਆਪਦੇ ਆਪ ਨੂੰ ਇੱਦਾਂ ਦੇਖਦਾ ਵੀ ਕੋਈ ਵੀ ਜਿਹੜਾ ਬੰਦਾ ਇਹ ਚੀਜ਼ ਸੁਣ ਰਿਹਾ ਹੋਊਗਾ ਦੇਖ ਰਿਹਾ ਹੋਊਗਾ, ਤਾਂ ਵੀ ਇਹੀ ਹੈ ਕਿ ਲੱਗੇ ਰਹੋ, ਟਰਾਈ ਕਰਦੇ ਰਹੋ ਨਾ ਬਾਈ, ਵੀ ਜਿਵੇਂ ਮੇਰੀ ਭਾਜੀ ਨੇ ਬਾਂਹ ਫੜੀ ਹੈ ਵੀ ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਕਰੈਕਟਰ ਕੋਈ ਰੋਲ ਕੋਈ ਡਾਇਰੈਕਟਰ ਬੈਠਾ ਹੋਊਗਾ ਤੁਹਾਡੀ ਵੀ। ਬਾਈ ਮੈਂ ਇੱਕ ਚੀਜ਼ ਤੁਹਾਡੇ ਜ਼ਰੂਰ ਜਾਣਨਾ ਚਾਹੂੰਗਾ, ਇਹ ਜਿਹੜਾ ਆਪਾਂ 2 ਸਾਲ ਬਾਅਦ ਮੈਂ ਤੁਹਾਡੇ ਨਾਲ ਮੁਲਾਕਾਤੀ ਕਰ ਰਿਹਾ, ਫਿਲਮਾਂ ਕੀਤੀਆਂ ਟਾਵੀਆਂ ਕੀਤੀਆਂ ਨੇ, ਇੱਕ ਦੌਰ ਹੁੰਦਾ ਸੀਗਾ ਵੀ ਰਾਣੇ ਬਾਈ ਤੋਂ ਬਿਨਾਂ ਕੋਈ ਫਿਲਮ ਮੁਕੰਮਲ ਨਹੀਂ, ਜਿੱਦਾਂ ਮੇਲ ਮਿੱਤਲ ਸਾਹਿਬ ਹੁੰਦੇ ਸੀਗੇ ਤੁਹਾਡਾ ਫਿਲਮ ਦੇ ਵਿੱਚ, ਹੁਣ ਇੰਨਾ ਕੁ ਲਾਜ਼ਮੀ ਹੁੰਦਾ ਸੀਗਾ, ਇਹ ਜਿਹੜਾ ਫਾਸਲਾ ਸੀਗਾ ਤੁਹਾਡੀ ਖੁਦ ਦੀ ਰਾਏ ਸੀਗੀ ਜਾਂ ਇੰਡਸਟਰੀ ਵੱਲੋਂ ਉੱਦਾਂ ਹੀ ਤੁਸੀਂ ਨਹੀਂ ਯਾਰ ਹੁਣ ਇੱਦਾਂ ਦੇ ਕਰੈਕਟਰ ਨਹੀਂ ਕਰਨੇ? ਹੋ ਜਾਂਦਾ ਹੈ ਕਈ ਵਾਰ, ਮਤਲਬ ਬਾਤ ਨਿਕਲੇਗੀ ਤਾਂ ਦੂਰ ਤਲਕ ਜਾਏਗੀ, ਕਾਹਨੂੰ ਪੋਜ਼ਿਟਿਵ ਬਾਕੀ ਠੀਕ ਹੈ, ਅਤੇ ਮੇਰਾ ਕੰਮ ਹੈ ਐਕਟਿੰਗ ਕਰਨਾ, ਮੈਨੂੰ ਫਿਲਮਾਂ 'ਚ ਨਹੀਂ ਮਿਲੂਗੀ ਮੈਂ ਨਾਟਕ ਕਰ ਲੂੰਗਾ, ਮੈਨੂੰ ਕੋਈ ਨਾਟਕ ਦੇ ਸ਼ੋਅ ਨਹੀਂ ਮਿਲੂਗੇ, ਮੈਂ ਆਪਣੀ ਬੇਸਮੈਂਟ ਦੇ ਵਿੱਚ ਉੱਥੇ ਹੀ ਆਪਣੀ ਡੁਗਡੁਗੀ ਵਜਾਈ ਜਾਊਂਗਾ, ਨਹੀਂ ਹੋਊਗਾ 4 ਗੈਸਟ ਆਉਣਗੇ, ਮੈਂ ਤਾਂ ਕਿਵੇਰੀ ਗੱਲ ਸੁਣਾਉਂਦਾ ਸੁਣਾਉਂਦਾ ਐਕਟਿੰਗ ਕਰਨਾ ਆਉਂਦਾ ਵੀ ਉਹ ਕਰਕੇ ਐਂ, ਉਹ ਖੜਾ ਹੋ ਗਿਆ ਫਿਰੋਂ ਐਂ ਕਰਕੇ ਐਂ, ਕਹਿੰਦਾ ਉਹ ਐਕਟਿੰਗ ਹੀ ਕਰ ਰਿਹਾ, ਐਕਟਿੰਗ ਕਰਨੀ ਹੈ, ਸੋ ਕੰਮ ਜੇ ਨਹੀਂ ਮਿਲਦਾ ਤਾਂ ਕੰਮ ਦੇਣਾ ਪੈਂਦਾ ਕਈ ਵਾਰੀ ਆਪਣੇ ਆਪ ਨੂੰ, ਜੇ ਨਹੀਂ ਬਾਹਰੋਂ ਮਿਲਦਾ ਫਿਰ ਆਪਣੇ ਆਪ ਨੂੰ ਕੰਮ ਦੇ ਲਈਦਾ, ਅਤੇ ਕਦੇ ਮਤਲਬ ਕਿਤੇ ਵੱਧ ਹੋ ਗਿਆ ਕਿਤੇ ਘਾਟ ਹੋ ਗਿਆ, ਨਦੀਆਂ ਹੁੰਦੀਆਂ ਨੇ ਨਦੀਆਂ ਕਿਤੇ ਗਹਿਰੀਆਂ ਵਹਿੰਦੀਆਂ ਜਾਂਦੀਆਂ ਨੇ, ਕਿਤੇ ਬਹੁਤ ਡੂੰਘੀਆਂ ਹੋ ਜਾਂਦੀਆਂ ਨੇ, ਕਿਤੇ ਗਿੱਟਾ ਕੁ ਮਸਾਂ ਭੇਜਦਾ, ਕਿਤੇ ਝਾੜੀਆਂ ਆ ਜਾਂਦੀਆਂ ਨੇ, ਕਿਤੇ ਨਿਰਮਲ ਜਮਾਂ ਹੀ ਐਂ ਸਾਫ਼ ਪਾਣੀ ਹੋ ਜਾਂਦਾ, ਕਿਤੇ ਗੰਧਲਾ ਹੋ ਜਾਂਦਾ, ਨਦੀ ਵਾਂਗੂ ਤੁਰੇ ਜਾਓ ਵਹਿੰਦੇ ਜਾਓ, ਟੋਭੇ ਨਾ ਬਣੋ ਖੜਕੇ ਨਾ ਰਹੋ ਇੱਕ ਥਾਂ ਦੇ ਉੱਤੇ, ਕਦੇ ਵੱਧ ਆ ਗਈਆਂ ਫਿਲਮਾਂ ਕਦੇ ਘੱਟ ਆ ਗਈਆਂ, ਗਿਣਤੀ 'ਚ ਕੁਝ ਨਹੀਂ ਪਿਆ, ਗੱਲ ਇਹ ਵੀ ਤੁਸੀਂ ਕੀਤਾ ਕੀ ਹੈ, ਖੱਟਿਆ ਕੀ ਹੈ, ਕਿੰਨਾ ਕੁ ਤੁਸੀਂ ਖਰਾ ਕੰਮ ਕੀਤਾ, ਖਰਾ ਕੰਮ ਹੁੰਦਾ ਜਦੋਂ ਕਰਦੇ ਹੁੰਦੇ ਹੋ, ਖਰੇ ਵੱਲ ਵੱਧਦੇ ਹੋ ਫਿਰ ਉਹਦੀ ਗਿਣਤੀ ਘੱਟਦੀ ਜਾਂਦੀ ਹੈ। ਮਤਲਬ ਤੁਸੀਂ ਖੁਦ ਸੀਗਾ ਵੀ ਹੁਣ ਕਮੇਡੀ ਥੋੜ੍ਹਾ ਜਿਹਾ ਘਟਾ ਦਈਏ ਸੀਰੀਅਸ? ਹਾਂ, ਇਹ ਐਕਟਰ ਦੀ ਜਿਹੜੀ ਭੁੱਖ ਹੁੰਦੀ ਆ ਉਹ ਤਾਂ ਹੁੰਦੀ ਹੈ ਕਿ ਡਿਫਰੈਂਟ ਕਰੈਕਟਰ ਕਰਾਂ, ਫਿਰ ਤੁਹਾਨੂੰ ਟਾਈਪਡ ਕਰੈਕਟਰ ਮਿਲਣ ਲੱਗ ਜਾਂਦੇ ਨੇ, ਫਿਰ ਕੁਝ ਇਹੋ ਜਿਹੇ ਹੁੰਦੇ ਨੇ ਤੁਹਾਨੂੰ ਲੱਗਦਾ ਜੇ ਮੈਂ ਕੀਤਾ ਹੈਗਾ 15 ਸੀਨ ਨੇ, 15 ਸੀਨਾਂ 'ਚ ਕੀਤਾ ਕੀ ਹੈ ਮੈਂ, ਹੈ ਨਹੀਂ ਕੁਛ, ਫਿਰ ਜਦੋਂ ਤੁਹਾਡਾ ਕਿਚਨ ਇਹ ਉਹ ਸਿਕਿਓਰ ਹੋ ਜਾਂਦਾ ਤੁਸੀਂ ਕਹਿੰਦੇ ਵਾ ਠੀਕ ਆ ਯਾਰ ਥੋੜ੍ਹਾ ਜਿਹਾ ਪੌਜ਼ ਲੈ ਲੈਣੇ ਆ ਵੀ ਆਹ ਫਿਲਮ ਨੂੰ ਜਵਾਬ ਦੇ ਦਿਓ, ਇਹਨੂੰ ਆਹ ਦੇ ਦਿਓ, ਫਿਰ ਅੱਗੇ ਦੀ ਅੱਗੇ ਵਧੀ ਜਾਂਦੇ ਆ, ਫਿਰ ਉਵੇਂ ਹੋਈ ਜਾਂਦਾ ਸਾਰਾ ਕੁਛ, ਅਤੇ ਫਿਰ ਇਸ ਤਰੀਕੇ ਨਾਲ ਵੀ ਵਧਣ ਦਾ ਇਹ ਵੀ ਇੱਕ ਆਪਣਾ ਢੰਗ ਹੁੰਦਾ, ਅਤੇ ਮੈਨੂੰ ਲੱਗਦਾ ਪੌਜ਼ ਲੈਣਾ ਜ਼ਰੂਰੀ ਹੁੰਦਾ, ਜ਼ਰੂਰੀ ਰਹਾਓ ਜ਼ਰੂਰੀ ਹੈ। ਕਿੰਨਿਆਂ ਸਾਲਾਂ ਬਾਅਦ ਹੁਣ ਸ਼ੈਂਪੀ ਦੇ ਕਰੈਕਟਰ ਤੁਸੀਂ ਆਏ ਹੋ, ਉਹ ਮੈਂ ਫੀਲਿੰਗ ਜਾਣਨੀ ਚਾਹੁੰਦਾ ਭਾਅ ਜੀ। ਨਹੀਂ, ਜਦੋਂ ਸੁਨੇਹਾ ਆਇਆ ਤਾਂ ਮੈਨੂੰ ਉਹਨਾਂ ਨੇ ਪਹਿਲੀ ਗੱਲ ਇਹ ਪੁੱਛੀ ਵੀ ਇਹ ਕਰੈਕਟਰ ਹੈ ਅਤੇ ਇੱਦਾਂ ਕਰਨਾ ਵੀ ਕਿੰਨੇ ਪੈਸੇ, ਮੈਂ ਦਿਨੇਸ਼ ਬਾਬੂ ਜੀ ਕਾਹਦੇ ਪੈਸੇ ਪੂਸੇ, ਤੁਸੀਂ ਦੱਸੋ ਕਦੋਂ ਨੇ, ਡੇਟਾਂ ਭੇਜ ਦਿਓ ਸਾਰਾ ਕੁਛ। ਕਈ ਬੰਦੇ ਨਾਲ ਇਸ ਤਰ੍ਹਾਂ ਦੀ ਟਿਊਨਿੰਗ ਹੁੰਦੀ ਹੈ, ਸਭ ਨੂੰ ਪਤਾ ਹੁੰਦਾ ਕੀ ਕਰਨਾ ਕੀ ਲੈਣਾ ਕਿਵੇਂ ਹੈ ਸਾਰਾ ਕੁਛ, ਫੀਸਾਂ ਫੂਸਾਂ ਵਾਲਾ ਚੱਕਰ ਹਾਲੇ ਤੱਕ ਨਿਰਧਾਰਤ ਨਹੀਂ ਕਰਨਾ ਆਇਆ, ਅਤੇ ਵੈਸੇ ਵੀ ਤੁਸੀਂ ਕਿਸੇ ਪ੍ਰੋਡਿਊਸਰ ਨੂੰ ਦੇ ਦਿਓ ਤਾਂ ਜਦੋਂ ਤੁਹਾਡਾ ਬਹੁਤ ਜ਼ਿਆਦਾ ਨਾਂ ਹੁੰਦਾ ਸਟਾਰ, ਤੁਸੀਂ ਵੱਡੇ ਹੁੰਦੇ ਹੋ, ਉਦੋਂ ਤੁਹਾਨੂੰ ਮੂੰਹ ਮੰਗੇ ਪੈਸੇ ਦੇ ਦਿੰਦੇ ਨੇ, ਸਾਡੇ ਵਰਗਿਆਂ ਨੂੰ ਤਾਂ ਇਹੀ ਹੁੰਦਾ ਵੀ ਭਾਅ ਜੀ ਬਜਟ ਹੀ ਨਹੀਂ ਹੈਗਾ, ਇੰਨਾ ਨਹੀਂ ਹੈਗਾ,
ਮੈਂ ਤਾਂ ਹੁਣ ਮੂਹਰੋਂ ਆਹੀ ਕਹਿ ਦੇਣਾ ਉਹਨਾਂ ਵੀ ਜਿੰਨੇ ਤੁਸੀਂ ਦੇਣੇ ਨੇ ਦੇ ਦਿਓ, ਕਿਉਂਕਿ ਜੇ ਮੈਂ ਦੱਸੂਗਾ ਤੁਸੀਂ ਉਹਨੇ ਤਾਂ ਦੇਣੇ ਨਹੀਂ। ਹਾਲੇ ਵੀ ਤੁਹਾਡੇ ਨਾਲ ਇਹ ਚੀਜ਼ਾਂ ਹੈਗੀਆਂ ਨੇ, ਹਾਲੇ ਵੀ ਤੁਹਾਡਾ, ਮੈਂ ਤਾਂ ਹਾਲੇ ਉਸ ਮੁਕਾਮ 'ਤੇ ਹਜੇ ਪੁੱਜਿਆ ਨਹੀਂ ਨਾ ਕਿ ਮੈਨੂੰ ਮੂੰਹ ਮੰਗੇ ਪੈਸੇ ਮਿਲਣ ਸਕਣ, ਸਾਰਾ ਕੁਛ, ਚਾਹੇ ਮੈਨੂੰ 18 ਸਾਲ ਹੋ ਗਏ ਨੇ ਫਿਲਮਾਂ 'ਚ ਕੰਮ ਕਰਦੇ ਨੂੰ, ਅਤੇ ਉਸ ਮੁਕਾਮ ਦੇ ਵਿੱਚ ਉਹ ਫੀਸਾਂ ਵਾਲੇ ਦੇ ਵਿੱਚ ਜਾਂ ਉਸ ਸਟਾਰ ਵਾਲੀ ਟੈਗ ਦੇ ਵਿੱਚ ਤਾਂ ਹਾਲੇ ਮੈਂ ਆਇਆ ਨਹੀਂਗਾ। ਆਹ ਮੈਨੂੰ ਜਾਣਦੇ ਨੇ ਸਾਰੇ, ਮੈਂ ਐਕਟਰ ਹਾਂ, ਠੀਕ ਕੰਮ ਕਰ ਲੈਣਾ, ਔਰ ਮੈਂ ਆਪਣੇ ਆਪ ਨੂੰ ਕਹਿੰਦਾ ਆਈ ਐਮ ਅ ਗੁੱਡ ਐਕਟਰ। ਦਿਲਜੀਤ ਬਾਈ ਨਾਲ ਤੁਸੀਂ ਬਹੁਤ ਟਾਈਮ ਬਾਅਦ ਹੁਣ ਕੰਮ ਕੀਤਾ, ਬਹੁਤ ਟਾਈਮ ਬਾਅਦ ਉਹਨਾਂ ਨੂੰ ਮਿਲਿਓ ਜਦੋਂ ਜੱਟ ਐਂਡ ਜੂਲੀਅਟ ਸੈਕੰਡ ਪਾਰਟ ਕੀਤਾ ਸੀਗਾ, ਅਤੇ ਉਦੋਂ ਹਜੇ ਉਹਨਾਂ ਦਾ ਜੋ ਹੁਣ ਉਦੋਂ ਸੀਗਾ ਮੁਕਾਮ, ਪਰ ਜਦੋਂ ਉਹ ਮੁਕਾਮ ਹੁਣ ਹਾਸਿਲ ਕੀਤਾ ਨਹੀਂ ਸੀ ਉਦੋਂ ਉਹਨਾਂ ਦਾ, ਹੁਣ ਕੋਈ ਚੇਂਜ ਲੱਗਿਆ ਉਹਨਾਂ ਤੁਹਾਨੂੰ? ਹਾਂ, ਬਹੁਤ ਜ਼ਿਆਦਾ ਚੇਂਜ ਆਈ ਹੈ, ਪਹਿਲਾਂ ਨਾਲੋਂ ਹੋਰ ਨਿਮਰ ਹੋ ਗਏ ਨੇ। ਅੱਛਾ, ਪਹਿਲਾਂ ਨਾਲੋਂ ਹੋਰ ਹੰਬਲ ਹੋ ਗਏ ਨੇ। ਦਿਲਜੀਤ ਨਾਲ ਕੰਮ ਕਰਨਾ ਇੱਕ ਨਵੀਂ ਐਨਰਜੀ ਲੈ ਕੇ ਆਉਣਾ। ਮੈਂ ਪ੍ਰਤਾਪ ਬਾਈ ਉਹਨਾਂ ਨਾਲ ਜਿਹੜੇ ਹੁੰਦੇ ਨੇ, ਉਹਨਾਂ ਮੇਰੇ ਪੱਗ ਉਹਨਾਂ ਨੇ ਬੰਨੀ ਹੈ ਨਾ ਸਾਰੀ, 1984 ਵਿੱਚ ਵੀ ਪ੍ਰਤਾਪ ਹੋਰਾਂ ਨੇ ਮੇਰੇ ਕੰਗ ਹੋਰਾਂ ਨੇ ਮੇਰੇ ਪੱਗ ਬੰਨੀ ਸੀ ਜਿਹੜਾ ਪਰਨਾ ਬੰਨਦੇ ਸੀਗੇ, ਤਾਂ ਮੈਂ ਕਿਹਾ ਵੀ ਬਾਈ ਹੋਰੀ ਆਏ, ਕਹਿੰਦੇ ਹਾਂ, ਮੈਂ ਕਿਹਾ ਮਿਲਣਾ, ਕਹਿੰਦੇ ਆ ਜਾਓ, ਮੈਂ ਕਹਿੰਦੀ ਕੋਈ ਨਾ ਜਦੋਂ ਹੋਇਆ। ਫਿਰ ਮੈਂ ਗਿਆ ਅਤੇ ਦਿਲਜੀਤ ਬਾਈ ਜਦੋਂ ਮਿਲੇ ਅਤੇ ਅਸੀਂ ਜੱਫੀ ਪਾ ਕੇ ਮਿਲੀ ਅਤੇ ਮੈਨੂੰ ਜੱਫੀ ਪਾ ਕੇ ਮੈਂ ਉਹਨਾਂ ਨੂੰ ਫੀਲ ਕੀਤਾ, ਅਤੇ ਉਹ ਮੈਨੂੰ ਕਹਿੰਦੇ ਭਾਅ ਜੀ ਤੁਸੀਂ ਅੱਗੇ ਨਾਲੋਂ ਹੀ ਬਹੁਤ ਫਿੱਟ ਹੋਏ ਪਏ ਹੋ, ਜੰਗ ਲੱਗਦੇ ਹੋ ਅੱਗੇ ਨਾਲੋਂ, ਮਹਾਰਾਜ ਮਹਾਰਾਜ ਐਨਰਜੀ ਜੀ। ਮੈਂ ਕਿਹਾ ਬਾਈ ਵਧੀਆ ਕੰਮ ਕਰ ਰਹੇ ਹੋ, ਨਹੀਂ ਮੈਂ ਤੁਸੀਂ ਬਹੁਤ ਕਰ ਇੱਕ ਦੂਜੇ ਦੀ ਤਾਰੀਫ, ਬਟ ਉਹਦੇ ਨਾਲ ਹਮੇਸ਼ਾ ਰਿਲੈਕਸ ਫੀਲ ਕਰੀਦਾ, ਔਰ ਲੱਗਦਾ ਕਿ ਇੱਕ ਸਾਹਮਣੇ ਬਹੁਤ ਸ਼ਾਨਦਾਰ ਅਤੇ ਜਾਨਦਾਰ ਐਕਟਰ ਖੜਾ। ਉਹ ਕਦੇ ਵੀ ਇੱਕ ਸਿੰਗਰ ਵਾਂਗੂ ਬਿਹੇਵੀਅਰ, ਇੱਕ ਸਟਾਰ ਵਾਂਗੂ ਬਿਹੇਵੀਅਰ ਨਹੀਂ ਕਰਦੇ, ਉਹਨਾਂ ਨੇ ਇੱਕ ਕਰੈਕਟਰ ਵਾਂਗੂ ਹੀ ਬਿਹੇਵੀਅਰ ਕਰਨਾ ਹੁੰਦਾ। ਮੈਂ ਬਹੁਤ ਕੁਛ ਸਿੱਖਦਾ ਦਿਲਜੀਤ, ਭਾਵੇਂ ਮੇਰੇ ਤੋਂ ਉਮਰ 'ਚ ਛੋਟੇ ਨੇ, ਮੈਂ ਹਮੇਸ਼ਾ ਉਹਨਾਂ ਨੂੰ ਜੀ ਕਹਿ ਕੇ ਔਰ ਹਮੇਸ਼ਾ ਰਿਗਾਰਡ ਨਾਲ, ਔਰ ਜਦੋਂ ਕੰਮ ਕਰ ਰਹੇ ਹੁੰਦੇ ਨੇ ਦਿਲਜੀਤ ਹੋਰੀ, ਮੈਂ ਸਿੱਖ ਰਿਹਾ ਉਹਨਾਂ ਵੀ ਇਹ ਕਿਵੇਂ ਹੈ, ਐਨਰਜੀ ਕਿੱਥੋਂ ਆਉਂਦੀ ਹੈ, ਕਿਵੇਂ ਟਾਈਮਿੰਗ, ਕਿਸ ਤਰੀਕੇ ਨਾਲ। ਸੋ ਹੀ ਇਜ਼ ਅ ਜੈਂਟਲਮੈਨ, ਅਤੇ ਸਾਨੂੰ ਪੰਜਾਬੀਆਂ ਨੂੰ ਮਾਣ ਹੈ ਕਿ ਸਾਡੇ ਕੋਲ ਇੱਕ ਬਹੁਤ ਵੱਡਾ ਸਟਾਰ ਆ, ਬਾਕੀ ਬਹੁਤ ਵੱਡਾ ਸਟਾਰ ਆ। ਔਰ ਵੱਡੀ ਗੱਲ ਹੈ ਕਿ ਸਾਡੇ ਪੰਜਾਬੀ ਮਿਊਜ਼ਿਕ ਨੂੰ ਕਿੱਥੇ ਤੱਕ ਲੈ ਕੇ ਗਏ ਨੇ ਉਹ। ਬਿਲਕੁਲ, ਔਰ ਅੱਜ ਮਾਣ ਦੀ ਗੱਲ ਇਹ ਹੈ ਕਿ ਸਾਡਾ ਪੰਜਾਬੀ ਮਿਊਜ਼ਿਕ, ਸਾਡਾ ਲੋਕ ਗੀਤ ਆਪਾਂ ਸੁਣਿਆ ਸਾਰਿਆਂ ਨੇ, ਅਰਜਨ ਵੈਲੀ ਐਨੀਮਲ ਵਰਗੀ ਫਿਲਮ ਦੇ ਵਿੱਚ ਆਉਂਦਾ ਗਾ। ਨਹੀਂ, ਭੁਪਿੰਦਰ ਬਾਈ ਹੋਰਾਂ ਨਾਲ ਮੇਰੀ ਬਹੁਤ ਪੁਰਾਣੀ ਸਾਂਝ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਦੋਂ ਸਾਡੇ ਕਿਸੇ ਦੋਸਤ ਮਿੱਤਰ ਦਾ ਵਿਆਹ ਹੁੰਦਾ ਸੀ, ਅਸੀਂ ਭੁਪਿੰਦਰ ਬੱਬਲ ਦਾ ਹੀ ਅਖਾੜਾ ਲਵਾਉਂਦੇ ਹੁੰਦੇ ਸੀ, ਅਤੇ ਉਹਨਾਂ ਦਾ ਇੱਕ ਅਸੀਂ ਗਾਉਂਦੇ ਹੁੰਦੇ, ਉਹਨਾਂ ਨੇ 72 ਕਲਾ ਛੰਦ ਗਾਇਆ ਸੀ, ਅਸੀਂ ਜਦੋਂ ਵੀ ਮੈਂ ਬਲਕਾਰ ਨਵਰਾੜ ਬਿੰਨੂ ਢਿੱਲੋਂ ਅਸੀਂ ਇਕੱਠੇ ਹੁੰਦੇ, ਅਸੀਂ ਨੇ ਉਹ ਗਾਉਣਾ, ਉਮਾਂ ਦੇ ਮੱਖਣੀ ਖਾਣਿਓ ਏ ਸੂਰਮਿਓ ਪੁੱਤਰ ਚਵਾਰਿਓ ਉਤਰੋ ਫਰਕ ਦੇ ਵਾਜੂ ਜਵਾਨੀ ਚੜ ਗਈ ਸੌ ਗਏ ਤਾਣ ਚਾਦਰੇ ਓਏ ਸੰਤ ਜਗਮੇਲ ਮਖਣ ਦਣ ਗਰਮ ਕੱਪ ਚਾਹ ਪੀ ਉੱਠੋ ਮਾਰ ਥਾਪੀ ਕਰੋ ਹਰ ਨਾਲੀ ਪੁਰਾਣੀ ਫੜ ਕੇ। ਸੋ ਭੁਪਿੰਦਰ ਬਾਈ ਦਾ ਜਦੋਂ ਨੰਬਰ ਆਇਆ ਤਾਂ ਮੈਂ ਦੇਖ ਰਿਹਾ ਸੀਗਾ ਵੀ ਸਬਰ ਔਰ ਉਡੀਕ ਔਰ ਤੁਹਾਡਾ ਟੇਲੈਂਟ ਇਹ ਤੁਹਾਡੇ ਕੋਲ ਹੋਵੇ ਨਾ ਤਾਂ ਕਦੇ ਵੀ ਲਾਟਰੀ ਲੱਗ ਸਕਦੀ ਹੈ, ਕਦੇ ਵੀ ਤੁਹਾਡਾ ਕੰਮ ਪਹਿਚਾਣ ਬਣ ਸਕਦੀ ਹੈ। ਅਤੇ ਭੁਪਿੰਦਰ ਬਾਈ ਹੋਰਾਂ ਨੂੰ ਬਹੁਤ ਮੁਬਾਰਕਾਂ, ਬੱਬਲ ਬਾਈ ਜੀ, ਭੁਪਿੰਦਰ ਬਾਬਾ ਜੀ, ਲਵ ਯੂ, ਬਹੁਤ ਬਹੁਤ ਪਿਆਰ ਬਾਈ। ਬਹੁਤ ਚੰਗਾ ਲੱਗਿਆ ਤੁਹਾਡਾ ਮੁਲਾਕਾਤ ਕਰਕੇ ਨਵਦੀਪ ਬਾਈ, ਤੁਹਾਨੂੰ ਬਹੁਤ ਮੁਬਾਰਕਾਂ, ਅਤੇ ਤੁਹਾਡੇ ਮਨਸੂਬੇ ਨੇ ਜਿਹੜੇ ਚੜ੍ਹਦੀ ਕਲਾ 'ਚ ਰਹਿਣ, ਹੈ ਨਾ, ਵਾਹਿਗੁਰੂ ਤੁਹਾਨੂੰ ਬਹੁਤ ਚੜ੍ਹਦੀ ਕਲਾ 'ਚ ਰੱਖੇ, ਅਤੇ ਬਾਈ ਸਾਨੂੰ ਮਿਲਦੇ ਰਿਹਾ ਕਰੋ। ਥੈਂਕ ਯੂ, 5 ਜਨਵਰੀ ਨੂੰ ਫਿਲਮ ਦੇਖ ਕੇ ਆਇਓ ਅਤੇ ਦੱਸਿਓ, ਰਿਵਿਊ ਕਰਿਓ ਕਿਵੇਂ ਲੱਗਿਆ, ਔਰ ਜਿਨ੍ਹਾਂ ਨੇ ਟ੍ਰੇਲਰ ਨਹੀਂ ਦੇਖਿਆ ਉਹਨਾਂ ਨੂੰ ਸਾਡੇ ਵੱਲੋਂ ਬੇਨਤੀ ਕਰਿਓ ਕਿ ਟ੍ਰੇਲਰ ਦੇਖ ਲੈਣ, ਕਿਉਂਕਿ ਹਾਲੇ ਤੱਕ ਸਾਡਾ ਟ੍ਰੇਲਰ 5 ਲੱਖ ਹੀ ਹੋਇਆ, ਔਰਗੈਨਿਕ ਹੀ ਹੋਇਆ। ਸੋ ਸਾਡਾ ਵੀ ਮਿਲੀਅਨ ਕਰ ਦਿਉ, ਅਸੀਂ ਵੀ ਕਹਿ ਦਿਓ ਵੀ ਸਾਡਾ ਵੀ ਮਿਲੀਅਨ, ਪਰ ਅਸੀਂ ਐਡ ਨਹੀਂ ਲਾਉਣੀ, ਬਿਨਾਂ ਐਡ ਤੋਂ ਹੀ ਕਰ ਦਿਉ। ਸਹੀ ਗੱਲ ਹੈ ਭਾਜੀ, ਮੈਂ ਕਿਹਾ ਜਿੰਨੇ ਖੜੇ ਨੇ ਖਰੇ ਖੜੇ ਨੇ, ਹੈ ਨਾ, ਅਤੇ ਜਿੰਨੇ 5 ਲੱਖ ਬੰਦੇ ਤੱਕ ਸੁਨੇਹਾ ਪਹੁੰਚਿਆ ਤਾਂ ਉਹ ਔਰਗੈਨਿਕ ਨੇ, ਹੈ ਨਾ। ਸੋ ਦੋਸਤੋ, ਪੰਜਾਬੀ ਸਿਨੇਮੇ ਨੇ ਇੱਕ ਬਹੁਤ ਕਮਾਲ ਦੀ ਫਿਲਮ ਨੇ ਰਿਲੀਜ਼ ਹੋਣਾ, ਆਪਾਂ ਗੱਲਾਂ ਬਾਤਾਂ ਕੀਤੀਆਂ ਨੇ ਮਨਸੂਬੇ ਦੀਆਂ, ਟ੍ਰੇਲਰ ਵੀ ਆਪਾਂ ਵੇਖ ਲਿਆ, ਪਿਓ ਪੁੱਤ ਦੇ ਇੱਕ ਰਿਸ਼ਤੇ ਦੀ ਗੱਲ ਕੀਤੀ ਗਈ ਆ, ਔਰ ਤੁਹਾਨੂੰ ਇੱਦਾਂ ਨਹੀਂ ਲੱਗੂਗਾ ਕਿ ਰਿਸ਼ਤਾ ਸਾਨੂੰ ਥੋਪਿਆ ਗਿਆ ਵੀ ਅਸੀਂ ਯਾਰ ਇਹ ਚੀਜ਼ ਵੇਖਾਂਗੇ ਤਾਂ ਇਮੋਸ਼ਨਲੀ ਹੋਏਗਾ, ਨਹੀਂ ਨਹੀਂ, ਕੋਮੇਡੀ ਵੀ ਹੈਗੀ ਆ, ਸਾਰੇ ਰੰਗ ਇਸ ਫਿਲਮ ਦੇ ਵਿੱਚ ਵਿਖਾਏ ਗਏ ਨੇ। ਇੱਕ ਸਿਨੇਮਾ, ਚੰਗਾ ਸਿਨੇਮਾ, ਅਸੀਂ ਅਕਸਰ ਕਹਿੰਦੇ ਹਾਂ ਸਾਡੇ ਪੰਜਾਬੀ ਸਿਨੇਮੇ 'ਚ ਕੋਈ ਚੰਗੀ ਚੀਜ਼ ਬਣੇ, ਅਤੇ ਚੰਗੀ ਚੀਜ਼ ਬਣੀ ਆ, ਅਤੇ ਸਾਡਾ ਹੁਣ ਇੱਕ ਦਿੱਲੀ ਫਰਜ਼ ਆ ਕਿ ਅਸੀਂ ਇਸ ਫਿਲਮ ਨੂੰ ਵੇਖੀਏ ਜੈਨੂਨ, ਆਪਣੇ ਰਿਵਿਊ ਦੇ ਕੇ ਤੁਹਾਨੂੰ ਫਿਲਮ ਕਿਹੋ ਜਿਹੀ ਲੱਗੀ ਮਨਸੂਬਾ। ਥੈਂਕ ਯੂ ਬਾਈ ਜੀ, ਥੈਂਕ ਯੂ, ਥੈਂਕ ਯੂ, ਸਤਿ ਸ਼੍ਰੀ ਅਕਾਲ।